ਵਿਆਹ ਦਾ ਜਿਹੜਾ ਚਾਅ ਹੁੰਦਾ ਖਾਸ ਕਰਕੇ ਜੀਜੇ ਦੀ ਸਾਲੀਆਂ ਨੂੰ ਹੁੰਦਾ, ਤੇ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਜੋ ਸਾਲੀਆਂ ਕੰਨਿਓ ਕੀਤੀਆਂ ਜਾ ਰਹੀਆਂ ਨੇ, ਸੁਖਰਾਜ ਬਲ ਦੀ ਇਹ ਸਾਲੀਆਂ ਨੇ, ਤੇ ਉਹਨਾਂ ਵੱਲੋਂ ਜਿਹੜੀ ਪਲੇਟ ਸਜਾਈ ਜਾ ਰਹੀ ਹੈ, ਕਿਉਂਕਿ ਕੁਝ ਰਸਮਾਂ ਹੁੰਦੀਆਂ ਨੇ ਵਿਆਹ ਦੀਆਂ, ਗੇਟ ਰੋਕਿਆ ਜਾਂਦਾ, ਰਿਬਨ ਕਟਾਈ ਹੁੰਦੀ ਹੈ, ਤੇ ਉਸ ਤੋਂ ਬਾਅਦ ਜੁੱਤੇ ਵੀ ਚੋਰੀ ਕਰਨ ਦੀ ਇੱਕ ਰਸਮ ਹੁੰਦੀ ਹੈ। ਗੱਲਬਾਤ ਕਰਦੇ ਹਾਂ, ਸਾਡੇ ਨਾਲ ਮੌਜੂਦ ਨੇ ਮੈਡਮ, ਕਿੰਨਾ ਕੁ ਚਾਅ ਹੈ ਮੈਰਿਜ ਦਾ? ਬਹੁਤ ਚਾਹੀਏ ਸਾਨੂੰ ਤਾਂ, ਕਦੋਂ ਦੀਆਂ ਤਿਆਰੀਆਂ ਕਰਨ ਲੱਗੇ ਹੋਏ ਅਸੀਂ ਤਾਂ। ਹੁਣ ਹੁਣ ਕੀ ਕਰ ਰਹੇ ਹੋ ਤੁਸੀਂ? ਇਹ ਥਾਲੀ ਤਿਆਰ ਕਰ ਰਹੇ ਹਾਂ। ਕਿੰਨੇ ਪੈਸੇ ਮੰਗੋਗੇ ਬਾਹਰ ਰੋਕੇ ਦਾ? ਇਹ ਹਲੇ ਨਹੀਂ ਦੱਸਦੇ, ਤਾਂ ਟਾਈਮ ਤੇ ਦੱਸਾਂਗੇ ਅਸੀਂ। ਦੱਸ ਦੋ ਫਿਰ ਵੀ, ਕਿਉਂਕਿ ਵੱਡੀ ਪਾਰਟੀ ਹੈ, ਮੋਟੇ ਪੈਸੇ ਵਾਲੇ। ਇਹ ਫਿਰ ਲੱਖ ਚ ਜਾਊਗਾ ਕੰਮ ਸਾਡਾ, ਲੱਖਾਂ ਚ ਜਾਊਗਾ। ਅੱਛਾ, ਕਿਹੜੀ ਕਿਹੜੀ ਰਸਮ ਕਰੋਗੇ ਹੋਰ? ਹਾਂਜੀ, ਔਰ ਇੱਕ ਬਾਹਰ ਰੋਕਣ ਦੀ ਰਸਮ, ਇਹ ਤੋਂ ਬਾਅਦ ਜੁੱਤੀ ਚੁਰਾਉਣ ਦੀ ਰਸਮ, ਜੋ ਕਿ ਆਪਣੀ ਟ੍ਰੈਡੀਸ਼ਨਲ ਹੁੰਦੀਆਂ ਗਾ, ਤੇ ਬਸ ਇਹੀ ਦੋ ਰਸਮਾਂ ਸੋਚੀਆਂ ਹੋਗਾ ਗਾ। ਬਾਅਦ ਵਿੱਚ ਫਿਰ ਮਹਿੰਦੀ ਲਗਾਉਣ ਦੀ ਰਸਮ ਜੋ ਹੁੰਦੀ ਹੈਗੀ। ਅੱਛਾ ਅੱਛਾ, ਬਾਹਰ ਰੋਕਣ ਦੇ ਕਿੰਨੇ ਪੈਸੇ ਡਿਸਾਈਡ ਕੀਤੇ ਤੇ ਜੁੱਤੀ ਚੋਰੀ ਦੇ ਕਿੰਨੇ? ਨਹੀਂ ਜੀ, ਇਹ ਤਾਂ ਸਸਪੈਂਸ ਹੈ, ਤੇ ਉਹ ਕਰ ਨਹੀਂ ਕਰ ਸਕਦੇ, ਓਪਨ ਕਰ ਸਕਦੇ। ਇਹ ਤਾਂ ਵੈਸੇ ਸਭ, ਹਾਂਜੀ, ਕੋਈ ਸਰਪ੍ਰਾਈਜ਼ ਰਹਿਣਾ ਚਾਹੀਦਾ। ਮਹਿੰਦੀ ਵੇਲੇ ਦੱਸਦੇ, ਮੇਰੀ ਛੋਟੀ ਸਿਸਟਰ ਨੇ ਸੋਚਿਆ ਹੋਇਆ, ਕਹਿੰਦੀ ਜਾਂ ਤਾਂ ਮੈਨੂੰ ਫੋਰਚੂਨਰ ਦੀ ਚਾਬੀ ਦੇ ਦਿਓ, ਜਾਂ ਮੈਨੂੰ 50 ਲੱਖ ਰੁਪਇਆ ਦੇ ਦਿਓ। ਤਾਂ ਮਤਲਬ ਇਹ ਮੈਰਿਜ ਬਹੁਤ ਮਹਿੰਗੀ ਪੈਣ ਵਾਲੀ ਹੈ, ਹੈ ਸੁਖਰਾਜ ਬਲ? ਹਾਂਜੀ, ਬਹੁਤ ਮਹਿੰਗੀ ਪੈਣ ਵਾਲੀ ਆ। ਤਾਂ ਇਹ ਸਾਲੀਆਂ ਨੇ ਸੁਖਰਾਜ ਬਲ ਦੀਆਂ, ਸਿਸਟਰ ਨੇ ਬਲਜਿੰਦਰ ਕੌਰ ਦੀਆਂ, ਜਿਹੜੀ ਕਹਿ ਰਹੀਆਂ ਨੇ ਕਿ ਜੋ ਮਹਿੰਦੀ ਦੀ ਰਸਮ ਹੈ ਉਸ ਤੇ ਘੱਟ ਤੋਂ ਘੱਟ ਫੋਰਚੂਨਰ ਦੀ ਮੰਗ ਜਿਹੜੀ ਸਾਲੀਆਂ ਵੱਲੋਂ ਕੀਤੀ ਜਾਣੀ ਹੈ, ਤੇ ਜੋ ਰਿਬਨ ਕਟਾਈ ਹੈ ਉਸ ਦੀ ਜਿਹੜੀ ਸਸਪੈਂਸ ਰੱਖਿਆ ਗਿਆ ਕਿ ਜਿਹੜਾ ਨੇਕ ਕਹਿੰਦੇ ਨੇ ਕੀ ਪੈਸੇ ਲਏ ਜਾਣੇ ਨੇ, ਤੇ ਜਿਹੜੀ ਜੁੱਤੀ ਚੋਰੀ ਹੈ ਉਹ ਵੀ ਇੱਕ ਸਸਪੈਂਸ ਰੱਖਿਆ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਸੁਖਰਾਜ ਬਲ ਜੀ ਨੂੰ ਇਹ ਵਿਆਹ ਬਹੁਤ ਮਹਿੰਗਾ ਪੈਣ ਵਾਲਾ ਹੈ ਸਾਲੀਆਂ ਕੰਨੀਓ। ਕੈਮਰਾਮੈਨ ਰਾਜੇਸ਼ ਕੁਮਾਰ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਪਿੰਡ ਜਗਾਰਾਮ ਤੀਰ, ਬਠਿੰਡਾ।